ਸੋ ਬਿਊਟੀ ਬਿਊਟੀ ਫਰੂਟੀ ਤੇ ਹੁਣ ਕੀ ਦਨਾਵਾਂ ਕੋਈ ਪਤਾ ਨੀ ਹੈ ਨਾਟਕ ਮਨ ਲੱਗਾ ਹੈ ਸਤੀਰ ਮਾਨ ਲੱਗੀ ਸੰਦੀਪ ਦੀ ਅੱਛਾ ਸੱਚੀ ਕਹਿੰਦੀ ਹਾਏ ਰੱਬਾ ਮੇਰੀ ਨੀ ਸੁਣਦੇ ਹਰਗੁਣ ਹਰਗੁਣ ਅੱਜ ਮਾਛੀ ਨੀ ਆਉਣੀ ਤੇਰੀ ਨੇ ਮਾਛੀ ਨੇ ਹੈਂ ਵੱਡੀ ਮਾਛੀ ਤੇਰੀ ਨੇ ਆਉਣੀ ਅੱਜ ਹੈਂ ਲੈ ਤੂੰ ਚੀਜ਼ਾਂ ਭੰਨੀ ਜਾ ਉਹਨਾਂ ਦੇ ਉਹਦੀ ਖੁਸ਼ੀ 'ਚ ਲਓ ਜੀ ਮਾਰੇ ਖੋਲਤੀ ਗੁੜੀਆਂ ਨੂੰ ਸਵਾਗਤ ਆਇਆ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਹਦੇ ਨਵੇਂ ਵਲੌਗ ਦੇ ਵਿੱਚ ਅਤੇ ਅੱਜ ਮੈਂ ਤਾਂ ਸੰਦੀਪ ਲੱਗੇ ਰੂਮ ਦੀ ਸਫਾਈ ਕਰਨ ਸਫਾਈ ਇਵੇਂ ਵੀ ਡਰੋ ਵਗੈਰਾ ਬੜੇ ਭਰੇ ਪਏ ਆ ਦਵਾਈਆਂ ਦਵਾਈਆਂ ਦੇ ਨਾਲ ਗੁੜੀਆਂ ਦੀਆਂ ਬੜੀਆਂ ਦਵਾਈਆਂ ਨੇ ਮੈਂ ਜਿਹੜੀਆਂ ਵੇਸਟ ਆ ਸੁੱਟ ਦੇਣੀਆਂ ਵਾ ਹੋਰ ਕਈ ਕੰਮ ਕਰਨ ਵਾਲੇ ਨਿੱਕੇ ਨਿੱਕੇ ਉਹ ਕਰਦੇ ਆ ਵੀ ਇੱਦਾਂ ਡਰੋ ਭਰੇ ਨੇ ਜਿਵੇਂ ਦਵਾਈਆਂ ਲੱਭਣ ਦੀਆਂ ਵੇ ਦਵਾਈਆਂ ਦਵਾਈਆਂ ਸੋਕਸ ਜਿਹੜੀ ਇੱਕ ਰਹਿ ਗਈ ਹੈ ਰੱਖਦਾ ਕਿਹਦੇ ਕਿਹਦੇ ਘਰ ਇੱਦਾਂ ਦਵਾਈਆਂ ਪਈਆਂ ਹੁੰਦੀਆਂ ਦੇਖੋ ਦਵਾਈਆਂ ਕਿੰਨੀਆਂ ਨਿਕਲੀਆਂ ਜੀ ਆਹ 400 ਰੁਪਇਆ ਆਹ ਵੀ ਦਵਾਈ ਇੱਕ ਹਿਸਾਬ ਦੀ ਆਹ ਮੋਬਾਈਲ ਮੋਬਾਈਲ ਵਾਸਤੇ ਸਟੈਂਡ ਜਿਹਾ ਰੱਖਿਆ ਬਸ ਡਰੋ ਤਾਂ ਹੋ ਗਿਆ ਸਾਫ਼ ਆਹ ਦਵਾਈਆਂ ਜਿਹੜੀਆਂ ਸੁੱਟਣੀਆਂ ਕੱਢ ਕੇ ਕਿਹੜੀਆਂ ਚਾਹੀਦੀਆਂ ਆਪਾਂ ਨੂੰ ਉਹ ਰੱਖ ਲੈਣੀਆਂ ਜਿਹੜੀਆਂ ਨਹੀਂ ਤਾਂ ਸੁੱਟ ਦੇਣੀਆਂ ਦਵਾਈਆਂ ਵੀ ਮਿੰਟੋ ਮਿੰਟੀ ਖਾ ਖੁ ਲਈਆਂ ਖਿਲਾਰਤੀਆਂ ਸਾਰੀਆਂ ਅਸਲ 'ਚ ਇੱਕ ਇੱਕ ਗੋਲੀ ਸੀ ਨਾ ਆਹ ਪੇਟ ਦਰਦ ਦੀ ਮੈਂ ਖਾਲੀ ਬਾਕੀ ਸੰਦੀਪ ਕਹਿੰਦੀ ਮੈਂ ਚੱਕਰ ਮੁੰਡੇ ਉਹਨੇ ਖਾਲੀ ਦਵਾਈ ਮੁਕਾਤੀ ਪਹਿਲਾਂ ਟੀ ਵੀ ਚੱਲੀ ਜਾਂਦਾ ਮੰਮੀ ਕੋਠੇ 'ਤੇ ਬੰਦ ਕਰਮਾ ਬਿੱਲ ਨਾ ਆਵੇ 300 ਯੂਨਿਟ ਮਾਫ਼ ਕੀਤਾ ਭਗਵਤ ਮਾਨ ਨੇ ਅਤੇ ਯੂਨਿਟ ਉੱਤੇ ਨਾ ਬਾਲਣ ਕਿਤੇ ਲੱਗਾ ਹੈ ਟੀ ਵੀ ਲੱਗਾ ਟੀ ਵੀ ਰਿਮੋਟ ਪਤਾ ਕਿੱਥੇ ਗੁੜੀਆਂ ਚੀਜ਼ਾਂ ਗਵਾ ਛੱਡਦੀ ਹੈ ਅਤੇ ਉਹ ਰਿਮੋਟ ਪਿਆ ਆਹ ਦਵਾਈਆਂ ਪਈਆਂ ਸਾਰਾ ਖੰਡੇ ਸਾਂਭ ਕੇ ਆਹ ਵੋਮਟਿੰਗ ਵਾਸਤੇ ਹੀ ਦਵਾਈ ਇਹਦੀ ਹਰ ਦੰਦ ਲਿਆਉਂਦੀ ਆਹ ਕਦੀ ਸੰਦੀਪ ਆਹ ਪਤਾ ਹੈ ਇਹ ਸੁੱਟ ਦੀ ਰੱਖਣੀ ਹੈ ਕਿ ਸੁੱਟਣੀ ਹੈ ਅਤੇ ਅਸੀਂ ਥੱਲੇ ਡੇ ਹਾਂ ਸਫਾਈ ਕਰਨ ਆਹ ਜਰਾਬਾਂ ਦਾ ਜੋੜਾ ਇਹਦਾ ਸੋਕਸ ਦਾ ਹੈ ਪੂਰਾ ਇੱਕ ਆਹ ਸੈੱਟ ਆ ਜਿਹੜਾ ਇੱਦਾਂ ਨਾ ਹੁਣ ਨਾ ਆਪਣਾ ਪੈਰ 'ਚ ਪੈਰ ਦੇ ਫਸਾ ਕੇ ਨਾ ਅਤੇ ਸਾਂਭ ਦੇਗਾ ਹੁਣ ਆਹ ਜਿਹੜੀ ਆਵੇ ਆ ਵੀ ਜੋੜਾ ਇਹਦਾ ਆਹ ਆਹ ਇੱਕੋ ਹੀ ਆਹ ਦਵਾਈ ਨਹੀਂ ਸੱਚ ਇਹਨੂੰ ਕੀ ਕਹਿੰਦੇ ਆ ਫੇਸ ਸਕ੍ਰੱਬ ਲੈ ਵੀ ਕੋਈ ਟੋਪਸ ਲੈ ਗਿਆ ਚੁੱਕ ਕੇ ਕੰਮ ਹੋ ਗਿਆ ਖਰਾਬ ਚੱਲ ਇਹ ਕਿਹੜਾ ਸੋਨੇ ਦਾ ਵੀ ਜਿਹੜਾ ਲੈ ਗੁਆਚ ਕੇ ਸਹੀ
ਹੋਰ ਤਾਂ ਸੋਹਣੇ ਤਾਂ ਬੜੇ ਲੱਗਦੇ ਆ, ਕੋਈ ਲੈ ਗਿਆ ਚੁੱਕ ਕੇ। ਚਲੋ ਕੋਈ ਨਾ, ਭਾਵੇਂ ਇੱਥੇ ਹੀ ਹੋਵੇ ਘਰੇ, ਕੋਈ ਪਤਾ ਨਹੀਂ। ਮੰਮੀ ਵੀ ਆ ਗਏ। ਜਾ ਮੈਂ ਕੁਛ ਨਹੀਂ, ਅਸੀਂ ਸਫਾਈ ਡੇ ਕਰਨ। ਮੈਂ ਮੰਮੀ ਉੱਤੇ ਡੇ ਕੱਪੜੇ ਧੋਣ, ਅਸੀਂ ਡੇ ਥੱਲੇ ਸਫਾਈ ਕਰਨ। ਕੁੜੀਆਂ ਦੀ ਕੁੜੀ ਦੀ ਦਵਾਈਆਂ ਦਵਾਈਆਂ ਕੱਢ ਕੇ ਨਾ, ਜਿਹੜੀਆਂ ਨਹੀਂ ਚਾਹੀਦੀਆਂ ਸੁੱਟਣ ਲੱਗੇ, ਜਿਹੜੀਆਂ ਚਾਹੀਦੀਆਂ ਉਹ ਰੱਖਣ ਲੱਗੇ, ਡਰੋਰ ਡਰਾ ਲੱਗੇ ਸਾਫ ਕਰਨ। ਹਾਂ ਤੁਸੀਂ ਕਰਨ ਗਿਆ ਮੰਮੀ? ਸੱਚ ਇੱਥੋਂ ਮੈਂ ਝਾੜੂ ਮਾਰਦਾ ਤੈਨੂੰ ਉੱਤੇ ਚੜ੍ਹ ਕੇ ਸੀ ਇੱਥੇ ਤਾਂ, ਉਹ ਉੱਥੇ ਬੜੀ ਰੇਤ ਜੀ ਇਕੱਠੀ ਹੋਈ ਹੈ ਇੱਥੇ। ਆਹ ਬੋਰਾ ਜਿਹਾ ਰੱਖਿਆ ਚੁੱਕ ਕੇ। ਪੱਤਰਾ ਜਿਹੜੀ ਮੇਰਾ ਰਾਦਾ ਇਹਦੇ ਥੱਲੇ ਨਾ ਟਰੇ ਬਣਾ ਕੇ ਨਾ ਪੂਰੀ ਵੱਡੀ, ਸਾਰੇ ਨੇ ਚੁੱਕ ਕੇ ਪੂਰੀ ਟਰੇ ਉਹਦੇ ਨਾਲ ਕਿਨਾਰਾ ਜਿੱਦਾਂ ਬਣਿਆ ਹੁੰਦਾ ਵਾ, ਜਿੱਦਾਂ ਯਾਰ ਗਲਾਸ ਆਪਾਂ ਰਿਸ਼ਤੇਦਾਰਾਂ ਨੂੰ ਕਿਸੇ ਚਾਹ ਨਹੀਂ ਪਿਆਉਂਦੇ, ਉਹ ਟਰੇ ਜੀ ਖੜਨੇ ਕਿਨਾਰਾਂ ਵਾਲੀ ਬਣੀ, ਉਹਦਾ ਟਰੇ ਬਣੀ ਉਹਦੇ ਵਿੱਚ ਹੀ ਸਾਰਾ ਰੱਖਿਆ ਜਾਵੇ, ਫਿਰ ਸਹੀ ਹੁੰਦਾ। ਉਹ ਵੇਖ ਕਿੱਦਾਂ ਇੰਨੇ ਦਿਮਾਗ ਲਾ, ਇੱਕ ਅੱਧੀ ਵਾਰੀ ਹੋਰ ਡੁੱਲ ਗਏ ਨੇ ਤੇ ਆਰ ਪਾਰ ਮੁੱਕ ਕੱਢ ਦੇਣਾ। ਕਿੱਦਾਂ ਕੀਤਾ ਇਹਨੇ, ਚੁੱਕਣ ਲੱਗਿਆ ਇਹ ਤਾਂ ਨਵਾਂ ਲਿਆਉਣਾ ਪੈਣਾ, ਸਟੈਂਡ ਤੇ ਨਵਾਂ ਹੀ ਲਿਆਉਣਾ ਪੈਣਾ, ਫਿਰ ਨਹੀਂ ਤੇ ਟੁੱਟ ਜਾਣਾ। ਇਹ ਨਵਾਂ ਲਿਆਵਾਂਗੇ ਵੀ, ਉਹ ਕੱਦੂ ਨਹੀਂ ਹੁੰਦਾ ਡੈਡੀ ਨੇ ਵੀ ਉਹਦਾ ਬੀਜ ਪੱਕੂਗੇ। ਤੁਸੀਂ ਕਹਿਣਾ ਆ ਵੀ ਕੰਮ ਵਾਲੇ ਤਾਂ ਲੱਗੇ, ਉਹਦੇ ਕੋਲ ਕੱਪੜੇ ਧਵਾ ਲੈਣੇ ਸੀ। ਉਹ ਨਾ ਪਤਾ ਕੀ ਕਰਦੀ ਹੈ, ਚਿੱਟੇ ਕੱਪੜੇ ਜਿਹੜੇ ਉਹ ਨਹੀਂ ਨਖੇਰਦੀ, ਫਿਰ ਉਹ ਮੰਮੀ ਧੋਂਦੇ ਆ ਚਿੱਟੇ ਕੱਪੜੇ ਜਿਹੜੇ ਨੇ, ਉਹ ਫਿਰ ਮੰਮੀ ਧੋਂਦੇ ਆ, ਉਹ ਤਾਂ ਬੇੜਾ ਗਰਕ ਕਰਕੇ ਸੁੱਟ ਦਿੰਦੇ ਚਿੱਟੇ ਕੱਪੜਿਆਂ ਦਾ, ਬੜਾ ਬੁਰਾ ਹਾਲ ਕਰਦੇ। ਫਿਰ ਉਹ ਹੁਣ ਕੁੜਤੇ ਪਜਾਮੇ ਉਹ ਮੰਮੀ ਧੋਂਦੇ ਆ। ਲੱਭਿਆ ਨੀ, ਕਿੱਥੇ ਪਿਆ ਸੀ? ਅੱਛਾ ਗੋਡੇ ਥੱਲੇ ਪਿਆ ਸੀ ਨਾ ਇਹ ਤੇਰੇ? ਅੱਛਾ ਅੱਛਾ ਚਲੋ ਠੀਕ ਹੈ, ਮੈਂ ਜਾਲਾ ਲੱਗਾ ਨਾ ਇੱਥੇ ਨਾ, ਪੱਟੀ ਦੁਬਾਰਾ ਕਰਾਉਂਦੇ ਹਾਂ ਵੀ, ਅਤੇ ਆਹ ਪੇਂਟ ਪੂੰਟ ਜੋ ਵੀ ਸਾਨੂੰ ਦੁਬਾਰਾ ਕਰਾਉਂਦੇ ਥੋੜ੍ਹਾ ਥੋੜ੍ਹਾ ਕੰਧਾਂ ਉੱਤੇ, ਅਤੇ ਇਹ ਮੈਂ ਤਾਂ ਕਰਕੇ ਨਾ ਜਿਹੜਾ ਬਹੁਤੇ ਲੇਜ ਲਾਹਦੇ ਸੀ ਨਾ ਥੋੜ੍ਹੇ ਥੋੜ੍ਹੇ ਰੋਜ਼, ਉਹ ਲਾਹਤੇ ਮੋਟੇ ਮੋਟੇ ਜੀ। ਇੱਧਰ ਵੀ ਆਹਦੇ ਨਾ ਨਾਲ ਜਿਹੜਾ ਇੱਦਾਂ ਮਾੜਾ ਮਾੜਾ ਮਾਰਿਆ ਲਾਹਦੇ ਬਾਹਰ ਹੁੰਦੇ ਨਾ, ਬਸ ਹੋ ਗਿਆ ਓਕੇ। ਆਹੋ ਜੀ ਕੁੜੀ ਨੂੰ ਸਵਾਗਤ, ਜਵਾਨ ਨੇ ਨੇਲ ਪੇਂਟ ਲਾਉਣ ਡਈ ਹੈ, ਅਤੇ ਮੈਨੂੰ ਕਹਿੰਦੇ ਮੈਂ ਕੰਮ ਕਰਨ ਲੱਗੀ ਸਫਾਈ। ਫੂਕਾ ਮਾਰਨ ਡੀ ਹੁਣੇ ਲੈ ਨਵਾਂ ਲਿਆ, ਇੱਕ ਮਿੰਟ ਹੱਥ ਫੜਾ ਲਿਆ, ਚੱਲ ਲਿਆ ਦਿਖਾ ਇੱਕ ਮਿੰਟ ਹੱਥ ਫੜਾ। ਬੜੀ ਚਲਾ ਗਿਆ ਮੈਂ ਵੇਲਾ, ਸਾਰੇ ਕਮਰੇ ਦੇ ਚੋਂ ਨਾ ਜਾਲਾ ਜੂੜਾ ਲਾਇਆ, ਉੱਪਰ ਵੀ ਉੱਪਰ ਵੀ ਮਗਰਲੇ ਹਾਲ 'ਚ ਵੀ ਬੜਾ ਮੰਦਾ ਹਾਲ ਸੀ ਸਾਰੇ, ਹੁਣ ਸਾਫ ਸਫਾਈ ਹੋ ਗਈ। ਬਸ ਤੂੰ ਹਾਂ ਕਰਦੇ, ਬਸ ਮੈਂ ਉਹ ਮਗਰਲਾ ਕਮਰਾ ਕਰਦਾ ਮੰਮੀ ਨਾਲ ਡਸਟਿੰਗ ਦਾ ਰਹਿ ਗਿਆ ਬਸ ਕਰਦੇ। ਫਿਰ ਆਹ ਟੁੱਟ ਗਈ ਹੈ ਘੜੀ ਡੈਡੀ ਦੀ, ਕੱਲ੍ਹ ਪਰਸੋਂ ਬੈਟ ਬੋਲ ਖੇਡਣ ਡਿਆ ਅਤੇ ਘੜੀ ਨਾਲ ਟੁੱਟ ਗਈ, ਕਹਿੰਦੇ ਚਲ ਕੋਈ ਗੱਲ ਨਹੀਂ ਪੇਨ ਨਹੀਂ ਟੁੱਟੀ ਹੈ, ਸਾਡੇ ਕੋਲ ਟੁੱਟੀ ਇਹਦੀ ਜਾਣ ਕੱਢਦੇ ਨਹੀਂ। ਮੈਂ ਤਾਂ ਡਿਆ ਫਰਿੱਜ ਸਾਫ਼ ਕਰਨ, ਆਹ ਇੱਧਰਲੇ ਖਾਨੇ ਸਾਰੇ ਸਾਫ਼ ਕਰ ਦਿੱਤੇ ਆ, ਜਿਹੜੇ ਬੜੀ ਇੱਥੇ ਜੰਮਿਆ ਪਿਆ ਸੀ ਰਿੱਬ ਜੀ ਜਿਹਦਾ, ਅਤੇ ਹੁਣ ਆਹ ਵੀ ਕਰਤਾ ਸਾਫ਼, ਆਹ ਵੀ ਕਰਤਾ, ਆਹ ਵੀ ਕਰਤਾ, ਹੁਣ ਰਹਿ ਗਿਆ ਆਹ ਵਾਲਾ, ਆਹ ਰਹਿ ਗਿਆ, ਇਹਨੂੰ ਸਾਫ਼ ਕਰਦੇ ਪਤਾ ਨਹੀਂ ਕੀ ਕੀ ਪਿਆ ਵਾ, ਮੱਖਣੀ ਨੇ ਮਲਾਈ ਆ ਬਾਈ, ਆਹ ਪਤਾ ਨਹੀਂ ਚਾ ਰਿਹਾ ਕੀ ਆ, ਇਹ ਹੁਣ ਪਤਾ ਨਹੀਂ ਕਾਹਦੀ ਸਬਜ਼ੀ ਕੀ ਆ, ਇਹ ਮੂੰਗਰੇ ਦੇ ਸਾਡੇ ਦੇਖਦੇ ਦੇ ਦੇਣ, ਫਿਰ ਚਾਹ ਮੂੰਗਰਿਆਂ ਦਾ ਲਫਾਫਾ ਭਰਿਆ ਪਿਆ ਹੈ। ਲੈ ਸਬਜ਼ੀ ਪਈ ਮਟਰ ਪਨੀਰ ਦੀ, ਪਬਲਿਕ ਸਬਜ਼ੀ ਨੂੰ ਖਾਲੀ ਕਰਨੀ ਹੈ, ਚਟਨੀ ਪਈ ਹੈ ਯਾਰ, ਚਟਨੀ
ਨਹੀਂ ਪਿੰਡੀਆਂ ਇੱਦਾਂ ਦਾ ਹਾਲ ਹੋਇਆ ਪਿਆ ਸ਼ੀਸ਼ੇ ਦਾ ਅਤੇ ਹੁਣ ਲਿਸ਼ਕਾ ਕੇ ਤੁਹਾਨੂੰ ਦੱਸਦਾ ਕਿੱਦਾਂ ਲਿਸ਼ਕਾਈ ਦਾ। ਲੈ ਵੀ ਹੋ ਗਿਆ ਨਾ ਵਧੀਆ, ਹੁਣ ਓਕੇ ਹੋ ਗਿਆ। ਲੈ ਵੀ ਲਿਸ਼ਕਾ ਤੱਕ ਨਹੀਂ ਹੁਣ ਵੀ ਐਨ ਓਕੇ ਕਰਤਾ ਕੰਮ। ਆਹ ਨਿੱਕੀਆਂ ਨਿੱਕੀਆਂ ਸਬਜ਼ੀਆਂ ਹੁਣ ਕੌਲੀਆਂ 'ਚ ਕੱਢੂੰਗਾ ਮਸਾ ਮਸਾ 'ਚ, ਬਾਕੀ ਆ ਡੂੰਘੇ ਡਾਂਗੇ ਭਾਂਡੇ ਵਿਹਲੇ ਕਰਦੇ ਹਾਂ। ਬਾਕੀ ਆਹ ਚੀਜ਼ ਰੱਖੀ ਆ ਵਿਆਹ ਵੀਡੀਓ ਦਾ ਖਾਲੀ ਆ, ਇਹਦੇ ਦੇ ਉੱਤੇ ਪਾ ਦਿੰਦੇ ਹਾਂ। ਉਹ ਵਿੱਚ ਵੀ ਬੜਾ ਮੰਦਾ ਹਾਲ ਵੇਖ ਕੀ ਹਾਲ, ਉਹ ਵੀ ਕਹਿੰਦਾ ਸਾਫ਼ ਹੁਣ। ਲੈ ਵੀ ਹੋ ਗਿਆ ਥੋੜ੍ਹਾ ਬੜਾ ਸਾਫ਼, ਜਿੰਨਾ ਕੁ ਹੋਇਆ ਕਰ ਦਿੱਤਾ ਭਰਾਵਾ। ਕਿਚਨ ਸਾਫ਼ ਕਰ ਦਿੱਤੀ, ਹੁਣ ਡਰੋਵ ਜਿਹੜੇ ਨੇ ਉਹ ਬੜੇ ਮਿੱਟੀ ਮਿੱਟੀ ਦੇ ਨਾਲ ਭਰੇ ਪਏ, ਜਿੱਦਾਂ ਹਲਦੀ ਹੁਲਦੀ ਡੁੱਲੀ ਬੜੀ ਵਿੱਚ, ਉਹ ਸਾਫ਼ ਕੀਤੇ, ਹੁਣ ਫ੍ਰੀ ਹੋ ਕੇ ਬਹਿ ਗਈ ਹੈ। ਪੂਜਾ ਆ ਗਈ, ਇਹ ਵੀ ਬਹਿ ਗਈ ਭੰਜੇ ਹੈਂ। ਕੀ ਚੀਜ਼ੀ ਖਾ ਲਈ ਹੈ? ਮੈਨੂੰ ਜ਼ਿਆਦਾ ਲੱਗਣ ਚੀਜ਼ੀ ਅਜੇ ਪਹੁੰਚ ਗਿਆ। ਮੇਰੀ ਧੀ ਵੇਖੇ ਐਵੇਂ ਕਹਿੰਦੀ, ਧੀਆਂ ਜਿਹੜੀਆਂ ਨੇ ਇਹੋ ਦੁੱਖ ਮਨਾਉਂਦੀਆਂ। ਜਾਂ ਬਿਸਕੁਟ ਦਿੱਤਾ ਮੈਨੂੰ ਉਸ ਨੇ ਖਾਣ ਨੂੰ, ਮੋਬਾਈਲ ਤਿਆਰ ਹੀ ਲਾ ਕੇ ਫਿਰ ਜੁੰਡੀਆਂ ਕਰੀ ਦੀਆਂ, ਨਹੀਂ ਤਾਂ ਕਿੱਥੇ ਕਰਵਾਉਂਦੀ, ਬੜੀ ਢੀਠ ਆ ਇਹ ਗੱਲੋਂ। ਲਓ ਜੀ ਜੁੰਡੀਆਂ ਕਰ ਦਿੱਤੀਆਂ ਪੁੱਤ ਦੀਆਂ, ਮੇਰਾ ਪੁੱਤ ਸੋਹਣਾ ਲੱਗਣ ਡਿਆ ਹੁਣ ਵੇਲਾ, ਹੁਣ ਆਹ ਦੋ ਕੁ ਦਿਨ ਹੋ ਗਏ ਹੁਣ ਹੁਣ ਲੱਗ ਗਈਆਂ ਜੁੰਡੀਆਂ, ਇੱਕ ਪਿੱਛੇ ਵੀ ਕਰਦੀ ਜੁੰਡੀ। ਮੈਂ ਜੁੰਡੀਆਂ ਕਰਵਾਈਆਂ ਬੜੀ ਢੀਠੀ, ਜੁੰਡੀਆਂ ਨਹੀਂ ਕਰਵਾਉਂਦੀ। ਅਰਗੁਣ ਫੋਨ ਉਹਨਾਂ ਪਤਾ ਨਹੀਂ ਕੀ ਕਰਨ ਦੀ, ਪੰਗੇ ਲੈਣ ਦੀ ਕੋਈ ਫੋਨ ਦੇ ਨਾਲ। ਇਹ ਕਰਨ ਡਿਆ ਐਵੇਂ ਬਟਨ ਨੱਪੀ ਜਾਂਦੀ, ਪਤਾ ਪਤਾ ਕੋਈ ਲੱਗ ਨਹੀਂ ਡਿਆ। ਲੈ ਇੱਧਰ ਪਰ ਆ ਗਏ ਅਰਗੁਣ, ਦਾਦਾ ਆ ਗਏ, ਦਾਦਾ ਆ ਗਏ ਬਾਹਰ, ਡੈਡੀ ਨੂੰ ਮਿਲਾ ਦੇ ਉਹ ਬਾਹਰ, ਡੈਡੀ ਆਏ। ਓਏ ਦਾਦਾ ਐ ਵੀ ਕੁੜੀ ਨੇ ਬਹਿ ਜਾ ਕਰਾਤੀ ਹੈ। ਉਹ ਸਾਫ਼ ਹੋ ਗਏ ਪਰਲੇ, ਹੋੜੇ ਉਹ ਕਿਸਾਨ ਮੇਰੇ ਬੂਟ ਡਈ ਹੈ ਸਾਫ਼ ਕਰਨ। ਚੱਲ ਵਧੀਆ ਹੋ ਗਿਆ ਵੀ ਆ ਲੈ ਚੀਜ਼ੀ, ਚੀਜ਼ੀ ਲਿਆਉਂਦੀ ਜੂਸ, ਜੂਸ ਆ ਲੈ, ਜੂਸ ਹੀ ਆ ਹੋਰ ਕੀ। ਮੈਂ ਚੱਲਿਆ ਥੋੜ੍ਹਾ ਬਾਜ਼ਾਰ, ਨਹਾ ਲਿਆ, ਰੈਡੀ ਹੋ ਗਏ ਹਾਂ, ਅਤੇ ਉੱਧਰ ਦੀਦੀ ਹੁਣੀ ਆਏ ਹੋਏ ਨੇ, ਅਤੇ ਉਹਨਾਂ ਨੂੰ ਲੈ ਆਈਏ ਬੱਸ ਸਟੈਂਡ ਤੋਂ। ਨਾਲੇ ਉੱਦਾਂ ਵੀ ਮੈਂ ਜਾਣਾ ਸੀਗਾ ਬਾਜ਼ਾਰ, ਕੋਈ ਸਪੈਸ਼ਲ ਤਾਂ ਜਾਣਾ ਨਹੀਂ ਆ, ਅਤੇ ਮੈਂ ਕਿਹਾ ਨਾਲੇ ਕੁਝ ਖਾਣ ਪੀਣ ਨੂੰ ਲੈਣ 'ਤੇ ਜਾਣਾ ਸੀ ਚੌਂਕ ਤੱਕ, ਅਤੇ ਥੋੜ੍ਹਾ ਅੱਗੋਂ ਬਹਾਲ ਕੇ ਲੈ ਆਵਾਂਗਾ ਉਹਨਾਂ ਨੂੰ, ਮੈਂ ਕਿਹਾ ਖਿਲਾਰ ਕੇ ਵਲੋਗਿੰਗ ਕਰ ਲਈਏ। ਅਤੇ ਦੂਜੀ ਗੱਲ ਇਹ ਆ ਵੀ ਬਾਈਕ 'ਤੇ ਉੱਦਾਂ ਮੈਂ ਜਾਣਾ ਸੀਗਾ, ਤੁਸੀਂ ਕਹਿਣਾ ਵੀ ਦੋ ਜਣੇ ਬਾਈਕ 'ਤੇ ਜਾ ਸਕਦੇ ਸੀ। ਹਾਂ ਬਾਈਕ 'ਤੇ ਆ ਸਕਦੇ, ਪਰ ਇਹ ਵੀ ਉਹਦਾ ਕੋਈ ਨਾ ਕੋਈ ਪੇਪਰ ਮੈਨੂੰ ਲੱਗਦਾ ਨਹੀਂ ਪੂਰਾ ਹੋਣਾ, ਮੁੜ ਕੇ ਮੈਂ ਚਲਾਉਣੀ ਨਾ ਹਜੇ ਕਦੇ, ਕੋਈ 31 ਮਾਰਚ ਚੱਲਣ ਦੀ ਗੱਡੀ ਦੇ ਪੇਪਰ ਤਾਂ ਪੂਰੇ ਆ, ਬਾਈਕ ਦਾ ਸ਼ਾਇਦ ਕੋਈ ਪੋਲਿਊਸ਼ਨ ਮੈਨੂੰ ਲੱਗਦਾ ਨਹੀਂ ਹੈਗਾ, ਇੰਸ਼ੋਰੈਂਸ ਹੈਗੀ ਆ ਉਹਦੀ, ਅਤੇ RC ਡੈਡੀ ਦਾ ਲਾਇਸੈਂਸ ਮੇਰਾ ਵੀ ਹੈਗਾ ਆ, ਬਸ ਇਹ ਆ ਵੀ ਉਹਦੀ ਪੋਲਿਊਸ਼ਨ ਜਿਹੜਾ ਉਹ ਮੁੱਕਿਆ, ਉਹ ਵੀ ਕਰਵਾਉਂਦੇ ਡੈਡੀ ਨੂੰ, ਮੈਂ ਕਿਹਾ ਸਗੋਂ ਤੁਸੀਂ ਕਰਵਾ ਲਓ ਵੀ ਉਹ ਕਰਵਾਉਂਦੇ ਨਹੀਂ ਆ, ਅਤੇ ਮੈਂ ਉਹਦਾ ਟਾਈਮ ਨਹੀਂ ਡੈਡੀ ਦਾ ਲੱਗਦਾ, ਡੈਡੀ ਨਾਲੇ ਜਾਂਦੇ ਵੀ ਨੇ ਨਾ ਦੂਰ, ਆਹ ਪਲਾਟ ਜਾਣਾ ਪਲਾਟੋਂ ਘਰੇ ਆ ਜਾਣਾ, ਬਸ ਇੰਨਾ ਕੰਮ ਆ, ਬਾਹਰ ਦੂਰ ਜ਼ਿਆਦਾ ਬਾਈਕ ਜਾਂਦੀ ਨਹੀਂ, ਅਤੇ ਇੱਧਰ ਬੱਸ ਸਟੈਂਡ ਵੱਲ ਮੈਂ ਕੋਈ ਨਾਕਾ ਨਾ ਹੋਏ ਵੀ, ਅਤੇ ਫਿਰ ਨਾਕੇ ਤੋਂ ਬਚਣ ਦੇ ਮਾਰਿਆ ਮੈਂ ਐਵੇਂ ਕੀਤਾ ਹੈ ਵੀ ਗੱਡੀ ਲੈ ਲਈ। ਸਤਿ ਸ਼੍ਰੀ ਅਕਾਲ ਦੀਦੀ ਜੀ, ਧੰਨ ਭਾਗ ਧੰਨ ਭਾਗ, ਸਤਿ ਸ਼੍ਰੀ ਅਕਾਲ, ਬੜੇ ਚਿਰਾਂ ਬਾਅਦ ਆਏ ਜੇ ਹੈ, ਮਹਿੰਗਾ ਪੈਣਾ ਸੀ ਕੰਮ ਸਭ ਵਧੀਆ।
ਤੁਸੀਂ ਸੁਣਾਓ ਠੀਕ ਠਾਕ? ਦਿਮਾਗ ਚ ਵੀ ਹੈਗਾ ਮੈਂ ਤੁਹਾਡਾ ਫੋਨ ਆਉਂਦਾ ਹੁਣ। ਉਹ ਕੋਠੇ ਦੇ ਉਹ ਮੇਰੇ ਸ਼ੂਜ਼ ਜਿਹੜੇ ਸਾਰੇ ਧੋਣ ਡੇ ਅੱਜ ਸਾਰੇ ਲੱਗੇ ਕੰਮ ਕਰਨ ਦੇ ਸਾਰੇ ਮੰਮੀ ਆਪਣਾ ਉਹ ਸੰਦੀਪ ਉਹ ਆਪਣਾ ਡੀ ਮੈਂ ਆਪਣੇ ਸਾਰੇ ਲੱਗੇ। ਗੋਪੀ ਬੈਕਰੀ ਦਾ ਇਹ ਫਾਇਦਾ ਹੈਗਾ ਜਾਂਦੇ ਮੈਂ ਆਰਡਰ ਦੇ ਗਿਆ ਸੀ ਆਉਂਦੇ ਹੋਏ ਹੁਣ ਸਮਾਨ ਫੜ ਲਿਆ ਨਾਲ ਹੀ ਫੜਿਓ। ਪਹੁੰਚ ਗਏ ਸੰਦੀਪ ਨੂੰ ਨੀ ਪਰ ਪਤਾ ਮੈਂ ਲੈਣ ਗਿਆ ਤੁਹਾਨੂੰ ਮੈਂ ਪਰਨਾ ਬੰਨ ਕੇ ਨਾਲ ਤੁਰ ਪਿਆ ਕਿਸੇ ਨੂੰ ਨੀ ਪਤਾ ਮੈਂ ਪਰਨਾ ਮੈਨੂੰ ਨਾ ਕਿਸੇ ਨੂੰ ਨੀ ਪਤਾ ਉਹ ਡੈਡੀ ਲੱਗਦਾ ਚਲ ਗਏ ਲੈ ਉਹਨੂੰ ਪਤਾ ਨੀ ਉਹਨੇ ਰੁਕ ਜਾਣਾ ਸੀ ਡੈਡੀ ਡੈਡੀ ਚਲ ਗਏ ਉਹ ਲੈ ਚਲ ਗਏ ਨਾ ਡੈਡੀ ਮੈਂ ਅੱਗੇ ਦੱਸਣ ਡਿਆ ਮੈਂ ਸੰਦੀਪ ਨੂੰ ਨੀ ਪਤਾ ਮੈਂ ਲੈਣ ਗਿਆ ਕੀ ਵੀਡੀਓ ਕੋਠੇ ਅੱਜ ਅੱਜ ਪੁੱਤ ਦੀ ਪੁੜਪੜੀ ਜੀ ਇੱਥੇ ਮੱਜੀ ਉਹਨਾਂ ਦਰਵਾਜ਼ੇ ਨਾਲ ਹੈ ਨਹੀਂ 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 ਮੈਂ ਨਹੀਂ ਹੁਣ ਜੱਫੀ ਪਾਉਂਦੀ ਹੈ ਕਿ ਤੁਸੀਂ ਕਹੋ ਤੁਸੀਂ ਵੀ ਕਹੋ ਕਹੇ ਬੱਸੀ ਪਾ ਦੇ ਉਹਨੇ ਪਾ ਦੇਣੀ ਘੁੱਟ ਕੇ ਬੱਸੀ ਹਰ ਕੋਈ ਬੱਸੀ ਪਾ ਦਿਓ ਤੁਸੀਂ ਬੱਸੀ ਪਾ ਦਿਓ ਬੱਸੀ ਪਾ ਦਿਓ ਹੁਣ ਪਾਰੀ ਕਰ ਦਿਓ ਪਾਰੀ ਵੀ ਕਰ ਦਿਓ ਪਾਰੀ ਕਰ ਦਿਓ ਕੁਛ ਬੜੀ ਹੁੰਦੀ ਹੁਣ ਖਲੋ ਜਾਂਦੀ ਹੁਣ ਭਾਵੇਂ ਖਿਲਾਰ ਵੀ ਦੇਈ ਤੁਰਨਾ ਨੀ ਇਹਨੇ ਬਸ ਖਿਲਾਰੂੰਗੀ ਤੇ ਉਹ ਖਲੋ ਜਾਣਾ ਇਹਨੇ ਅਸ ਨਹੀਂ ਸੱਚ ਰਸੋਈ ਚ ਲੈ ਜਾ ਬਹੂ ਸਮਾਨ ਪਾਣੀ ਪੀ ਲਓ ਮੰਮੀ ਉਧਰ ਕਿਸੇ ਨੂੰ ਵੀ ਨਹੀਂ ਪਤਾ ਮੈਂ ਤਾਂ ਇੱਥੇ ਪਰਨਾ ਬੰਨ ਕੇ ਨਾ ਮੈਂ ਪਰਨਾ ਬੰਨ ਕੇ ਤੁਹਾਡੇ ਫੋਨ ਪੰਜ ਛੇ ਆਏ ਆ ਤੇ ਇਹ ਵਿਚਾਰੀ ਪਤਾ ਨਹੀਂ ਸੰਦੀਪ ਕਦੋਂ ਕਦੀ ਫੋਨ ਕਰਨੀ ਮੈਂ ਨਹਾਉਣ ਡਿਆ ਸੀ ਲੈ ਰਿਕਾਰਡ ਤੋੜਿਆ ਸਾਰੇ ਟੱਬਰ ਨੇ ਸੋਹਣਾ ਲੈ ਹਾਂ ਸੂਟ ਸੋਹਣਾ ਪਾ ਏਂਜਲ ਦਾ ਸ਼ਰਾਜ ਦਾ ਨਾਂ ਲਈ ਉਹ ਕਹਿੰਦੇ ਨੇ ਦੇਵੀ ਹਾਣ ਨੂੰ ਹਾਣ ਪਿਆਰਾ ਤੇ ਭਾਵੇਂ ਜਿੱਦਾਂ ਮਰਜ਼ੀ ਉਹ ਵੀ ਅਜੇ ਨਿਆਣੀ ਆ ਉਹ ਕਿਤੇ ਕਿਤੇ ਸਿਆਣੀ ਹੁਣ ਮਤਲਬ ਆਪਣਾ ਦਸ ਬਾਰਾਂ ਚੀਜ਼ਾਂ ਦਾ ਨਾਂ ਲੈਣ ਦਾ ਵੀ ਜਿੱਦਾਂ ਹੁਣ ਆਖੀ ਨਾ ਚਾਹ ਆ ਗਈ ਤੇ ਕਹੂਗੀ ਚਾਹ ਚਾਹ ਤੇ ਜੇ ਆਖੀਏ ਨਾ ਜੇ ਕਹੀਏ ਨਾ ਪੀਲਾ ਕਹਿੰਦੀ ਆ ਨਹੀਂ ਨਹੀਂ ਹੁਣ ਨਹੀਂ ਵੀ ਕਰਦੀ ਆ ਹਰਗੁਣ ਹਰਗੁਣ ਇਹ ਨਾ ਇਹ ਬੋਲਣ ਡੇ ਆ ਕਾਦੋ ਚੁੱਪ ਚੁੱਪ ਕਰਾ ਦੇ ਲੱਤਾਂ ਪੈਰ ਕੰਨ ਜੋ ਮਰਜ਼ੀ ਪਿੱਛੇ ਦੱਸਣਾ
ਵੇਖਣ ਨਖਰੇ ਨਖਰੇ ਤਾਂ ਬਹੁਤ ਕਰਦੀ ਆ ਫਿਰ ਵੇਖੀ ਜੋ ਕੇ ਜਾਂਦੀ ਇੰਝ ਇੱਥੇ ਖਲੋ ਫਿਰ ਖਲਾ ਨਹੀਂ ਸੁਣੀ ਵੇਖੀ ਖਲੋ ਜੋ ਆਜੋ ਆਜੋ ਵੇਖਿਆ ਬਸ ਇਹ ਆ ਵੀ ਮਾੜਾ ਮੋਟਾ ਤੁਰਦੀ ਅਜੇ ਬੈੱਡ ਤੇ ਤੁਰਦੀ ਭੁੰਜੇ ਡਰਦੀ ਆ ਦੀਦੀ ਜੀ ਮੈਂ ਉਹ ਵਾਲੀ ਵੀਡੀਓ ਵੇਖੀ ਕਹਿੰਦਾ 2 GB ਦਿਨ ਦੇ ਵਿੱਚ ਨੈੱਟ ਮਿਲਦਾ ਆ ਤੇ ਕਹਿੰਦਾ 1.5 GB ਸਾਗਰ ਦੀ ਵਹੁਟੀ ਖਾ ਜਾਂਦੀ ਇਹੋ ਜਿਹੇ ਗੱਲਾਂ ਲੈ ਕੀ ਹਾਲ ਜੀ ਭਾਜੀ ਵਧੀਆ ਜੀ ਤੁਸੀਂ ਸੁਣਾਓ ਉਧਰ ਦੂਜੀ ਲਵਲੀ ਵੀ ਆਈ ਓ ਦੂਜੀ ਲਵਲੀ ਆਈ ਵੇਖੀ ਲੱਗਦੀ ਆ ਕਿਹੜੀ ਬਸ ਦੂਜੀ ਲਵਲੀ ਵੀ ਆਈ ਬਿਊਟੀ ਫਰੂਟੀ ਨਾਟਕ ਮੈਂ ਕਹਿਣਾ ਮੈਂ ਨਾਟਕ ਬਣਾਉਣਾ ਕਿ ਮੇਰੀ ਗੁੜੀਆਂ ਨੂੰ ਠਾਉਣਾ ਆ ਨਾਟਕ ਲੱਗੇ ਬਣਾਉਣ ਤੇ ਸਾਰੇ ਜਾਣੇ ਕੁਛ ਗਲਤ ਨਾ ਸੋਚਿਓ ਅਸੀਂ ਸਹੀ ਗੱਲ ਹੀ ਟੁਕੜੀ ਬਣਨਾ ਸਾਰੇ ਜਾਣੇ ਗਲਤ ਕਮੈਂਟ ਨਾ ਕਰਿਓ ਕਿਉਂਕਿ ਅਸੀਂ ਏਦਾਂ ਕਰਨਾ ਹੈ ਪਹਿਲੇ ਬੈਠੇ ਸੋਚਿਆ ਵੀ ਇਹੀ ਨਾਟਕ ਬਣਾ ਲਈਏ ਤੇ ਅਸੀਂ ਮਾੜੀ ਨੂੰ ਬਦਨਾਮ ਕਰ ਤੇ ਹੁਣ ਕੀ ਦਨਾਵਾ ਬਦਨਾਮ ਹੋਣਾ ਵਾ ਸਾਗਰ ਦੀ ਵਹੁਟੀ ਨਾਲ ਮਿਲਾਉਂਦੇ ਤੁਹਾਨੂੰ ਇਹ ਸ਼ਦੈਨ ਨੂੰ ਸਮਝ ਨੀ ਲੱਗਣ ਦੀ ਖੁਰਾਕ ਕਾਹਲੀ ਖਾਣ ਲੱਗੀ ਮਾਣੀ ਬੱਸੇ ਬਹਿ ਗਈ ਮਾਸੀ ਇੱਦਾਂ ਕਹਿਣਾ ਅੱਛਾ ਸੱਚੀ ਕਹਿੰਦੀ ਹਾਏ ਰੱਬਾ ਮੇਰੀ ਨੀ ਸੁਣ ਦੇ ਨਹੀਂ ਨਹੀਂ ਲਵਲੀ ਲਵਲੀ ਨੇ ਆਈ ਹੋਣਾ ਵਾ ਲਵਲੀ ਆਈ ਹੋਈ ਆ ਬਸ ਇੱਦਾਂ ਹੀ
ਪ੍ਰਾਹੁਣਾ ਕਮਰੇ ਚ ਵਾੜ ਦਿੰਦੇ, ਪ੍ਰਾਹੁਣਾ ਪਹਿਲਾਂ ਕਮਰੇ ਚ ਵਾੜ ਦਿੰਦੇ ਤੋਤਲਾ ਜੀਜਾ ਟੂ ਬਣਾ ਲਾਂਗੇ ਆਪਾਂ, ਜਾਂ ਜੇ ਟੂ ਭਾਜੀ ਬਣਾਉਣਾ ਫਿਰ ਥ੍ਰੀ ਬਣਾ ਲਾਂਗੇ, ਭਾਗ ਹੀ ਬਣਾਉਣਾ ਆਪਾਂ ਥ੍ਰੀ। ਜੱਜ ਦਾ ਇਹ ਵਾਲਾ ਵਲੌਗ ਤੁਹਾਨੂੰ ਵਧੀਆ ਲੱਗਾ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੇ ਅਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ। ਮਿਲਦੇ ਹਾਂ ਕੱਲ੍ਹ ਨੂੰ ਨਵੀਂ ਵੀਡੀਓ ਦੇ ਨਾਲ, ਅਤੇ ਸ਼ਾਰਟ ਮੂਵੀ ਉਹ ਆਪਾਂ ਕੰਪਲੀਟ ਕਰ ਲਈ ਸੀਗੀ, ਉਹ ਤੁਹਾਡੇ ਕੋਲ ਪਹੁੰਚੂਗੀ 4-5 ਦਿਨ ਤੱਕ, ਕਿਉਂਕਿ ਪਹਿਲਾਂ ਆਪਣੀ ਐਨੀਵਰਸਰੀ ਆ ਉਹ ਅਤੇ ਬਰਥਡੇ ਆ, ਅਤੇ ਇਹ ਪਹਿਲਾਂ ਆਪਾਂ ਲੰਘਾ ਲਈਏ, ਉਸ ਤੋਂ ਬਾਅਦ ਵਿੱਚ ਨਾ ਠੰਡੇ ਜਿਹੇ ਸੁਭਾਅ ਨਾਲ ਐਡੀਟਿੰਗ ਕਰਾਂਗਾ, ਕਿਉਂਕਿ ਅਜੇ ਟਾਈਮ ਨਹੀਂ ਲੱਗਦਾ, ਉਹ ਫਿਰ ਥੋੜ੍ਹਾ ਟਾਈਮ ਜ਼ਿਆਦਾ ਲੱਗਦਾ, ਉਹਦੇ ਵਾਸਤੇ ਟਾਈਮ ਚਾਹੀਦਾ ਹੈ। ਅਤੇ ਜੇ ਬਰਥਡੇ ਐਨੀਵਰਸਰੀ ਹੈ ਅਤੇ ਉਹਦੇ ਥੋੜ੍ਹੇ ਚੱਕਰਾਂ ਵਿੱਚ ਇੱਧਰ ਉੱਧਰ ਘੁੰਮਦੇ ਫਿਰਦੇ, ਨਾਲੇ ਗੈਸਟ ਆਏ ਉਹਨਾਂ ਨੂੰ ਟਾਈਮ ਦੇਣਾ ਪੈਂਦਾ ਹੈ, ਉੱਥੇ ਬੰਦਾ ਉਹਨਾਂ ਲਾਗੇ ਬੈਠਦਾ ਹੈ, ਨਹੀਂ ਫਿਰ ਉਹਨਾਂ ਖੜਾ ਲਾਏ ਅਤੇ ਫੋਨ 'ਤੇ ਲੱਗਾ ਦੇ।